ਸਸਕਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਲੱਕੀ ਕੁਰਾਲੀ ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਯੂਐਸਏ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਸਾਹਿਬ ਡਬਲਯੂਕੇਡੀਸੀ ਦੇ ਮੈਂਬਰਸ ਸੈਮ ਪੰਨੂ ਸਾਹਿਬ ਸਪੈਸ਼ਲ ਅਮਰੀਕਾ ਤੋਂ ਪਹੁੰਚੇ ਨੇ ਜਿੰਨੇ ਵੀ ਟੈਸਟ ਹੋ ਰਹੇ ਨੇ ਡਬਲਯੂਕੇਡੀਸੀ ਦੇ ਥਰੂ ਉਹਨੂੰ ਦੇਖਣ ਚੱਖਣ ਲਈ ਅੱਜ ਜੋ ਕਬੱਡੀ ਕੱਪ ਹੋ ਰਿਹਾ ਗ੍ਰਾਂਆਂ ਉੱਥੇ ਪਹੁੰਚੇ ਹੋਏ ਨੇ ਆਓ ਕਰਦੇ ਹਾਂ ਸਵਾਗਤ ਸੈਮ ਪੰਨੂ ਸਾਹਿਬ ਦਾ ਪੰਨੂ ਸਾਹਿਬ ਸਵਾਗਤ ਹੈ ਟੀਮ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਲੱਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਟੀਮ ਪੰਜਾਬੀ ਦੇ ਨਾਲ ਸਾਡਾ ਬਹੁਤ ਇੱਕ ਗਹਿਰਾ ਸੰਬੰਧ ਹੈ ਕਿਉਂਕਿ ਟੀਮ ਪੰਜਾਬੀ ਇੱਕ ਕਬੱਡੀ ਵਰਲਡ ਦਾ ਉਹ ਮੀਡੀਆ ਜਿਹੜਾ ਕਿ ਸੱਚਾਈ ਦਿਖਾਉਂਦਾ ਉਹਦਾ ਮਤਲਬ ਇਹ ਹੈ ਕਿ ਇਹ ਕਿਸੇ ਦਾ ਪੱਖ ਨਹੀਂ ਲੈਂਦਾ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਅਤੇ ਤੁਸੀਂ ਇੰਨੇ ਸਾਲ ਕਬੱਡੀ ਖੇਡੀ ਹੈ ਉਹਦਾ ਵੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ ਪੰਨੂ ਸਾਹਿਬ ਤੁਸੀਂ ਸਪੈਸ਼ਲ ਯੂਐਸਏ ਤੋਂ ਪਹੁੰਚੇ ਹੋ ਕਪੂਰਪੁਰ ਪਿੰਡ ਕਪੂਰਪੁਰ ਵੀ ਕੱਪ ਹੋ ਰਿਹਾ ਤੁਹਾਡਾ ਆਪਣਾ ਕੱਪ ਆ ਲਸ਼ਰ ਬ੍ਰਦਰ ਦਾ ਖਾਸ ਕਰਕੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਵੀ ਸੀਗੀ ਜਲੰਧਰ ਤੁਹਾਡੀ ਅਤੇ ਨਾਲ ਦੀ ਨਾਲ ਦਰਸ਼ਕਾਂ ਨੂੰ ਜ਼ਰੂਰ ਦੱਸੋ ਜਿਹੜੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਕੁਐਸਟ ਲੈਬ ਦੇ ਥਰੂ ਡਬਲਯੂਕੇਡੀਸੀ ਨੂੰ ਰਿਪੋਰਟਸ ਜਾਂਦੀਆਂ ਸਾਰੀਆਂ ਤੁਸੀਂ ਆਪ ਉਹਦੇ ਪੇਪਰ ਵਰਕ ਕਰਦੇ ਹੋ ਡਬਲਯੂਕੇਡੀਸੀ ਦੇ ਮੈਂਬਰ ਹੋ ਕਿਵੇਂ ਲੱਗਾ ਅੱਜ ਦੇਖ ਕੇ ਤੁਸੀਂ ਟੈਸਟ ਇੱਥੇ ਹੋ ਰਹੇ ਨੇ ਗ੍ਰਾਂਆਂ ਕੱਪ 'ਤੇ ਟੈਸਟ ਹੋ ਰਹੇ ਨੇ ਇੱਥੇ ਲਾਈਵ ਆਪਣੇ ਸਾਰਿਆਂ ਦੇ ਮੂਹਰੇ ਹੋ ਰਹੇ ਆ ਮੀਡੀਆ ਪ੍ਰੈਜੈਂਟ ਹੈ ਜਿਹੜੇ ਵੀ ਟੈਕਨੀਸ਼ੀਅਨ ਹੈ ਕੁਐਸਟ ਦੇ ਆਪਣੇ ਉਹਨਾਂ ਕੋਲ ਬੈਜਸ ਹੈਗੇ ਨੇ ਪ੍ਰੋਪਰ ਯੂਨੀਫਾਰਮ ਹੈਗੀਆਂ ਉਹਨਾਂ ਕੋਲ ਕਿੱਟਾਂ ਹੈਗੀਆਂ ਕੋਲਡ ਕਿੱਟਾਂ ਰੱਖਣੀਆਂ ਜਿਹਦੇ ਨਾਲ ਟ੍ਰਾਂਸਫਰ ਹੋ ਕੇ ਉਹ ਆਪਣੇ ਟੈਸਟ ਜਾਣੇ ਆ ਫੋਰਮ ਪ੍ਰੋਪਰ ਨੇ ਮੈਂ ਆਪ ਆਪਣੇ ਹੱਥੀਂ ਚੈੱਕ ਕੀਤੇ ਨੇ ਇਹ ਜਿਹੜਾ ਕੁਐਸਟ ਦਾ ਪ੍ਰੋਗਰਾਮ ਡਬਲਯੂਕੇਡੀਸੀ ਦਾ ਇਹ ਸਟਾਰਟ ਹੋਇਆ ਸੀਗਾ ਅਬਾਊਟ ਲਾਸਟ ਈਅਰ ਨਵੰਬਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਆਲਮੋਸਟ 412 ਟੈਸਟ ਕਰਾ ਚੁੱਕੇ ਹਾਂ ਕਾਰਾ ਖੁਲਤ ਮੇਰੇ ਨਾਲ ਖੜ੍ਹੇ ਨੇ ਜਿਹੜੇ ਕਿ ਪੂਰੀ 12 ਫੈਡਰੇਸ਼ਨਾਂ ਨੇ ਵੋਟ ਪਾ ਕੇ ਇਹਨਾਂ ਨੂੰ ਪਿੱਕ ਕੀਤਾ ਅਤੇ ਇਹ ਇੱਥੇ ਆਪਣੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਜਿਹੜੇ ਪਲੇਅਰ ਖੇਡਦੇ ਨੇ ਉਹਨਾਂ ਨੂੰ ਪਿੱਕ ਕਰਦੇ ਨੇ ਅੱਜ ਸਵੇਰੇ ਪ੍ਰੈਸ ਕਾਨਫਰੰਸ ਵੀ ਸੀਗੀ ਉਹਦੇ ਵਿੱਚ ਵੀ ਬਹੁਤ ਡਿਟੇਲ ਸਾਨੂੰ ਕੁਐਸਚਨ ਪੁੱਛੇ ਗਏ ਸਾਨੂੰ ਨਵੰਬਰ ਤੋਂ ਲੈ ਕੇ ਹੁਣ ਤੱਕ ਅਸੀਂ ਇਹ ਕਹਿ ਸਕਦੇ ਹਾਂ ਬਈ ਅਸੀਂ ਕਬੱਡੀ ਵਰਲਡ ਆਡੀਅੰਸ ਦਾ ਪ੍ਰਮੋਟਰਸ ਦਾ 95% ਅਸੀਂ ਦਿਲ ਜਿੱਤ ਚੁੱਕੇ ਹਾਂ ਜਿਹੜੇ ਸੱਚੇ ਧਰੋਂ ਅਸੀਂ ਕੰਮ ਕੀਤਾ ਅੱਛਾ ਪੰਨੂ ਸਾਹਿਬ ਬਹੁਤ ਵਧੀਆ ਡਬਲਯੂਕੇਡੀਸੀ ਦੀ ਲੋੜ ਸੀਗੀ ਇੱਕ ਇਹੋ ਜਿਹਾ ਪਲੇਟਫਾਰਮ ਚਾਹੀਦਾ ਸੀਗਾ ਮੈਂ ਹਮੇਸ਼ਾ ਬੋਲਦਾ ਪਿਛਲੇ 3-4 ਸਾਲਾਂ ਤੋਂ ਕਿ ਕੋਈ ਇਹੋ ਜਿਹੀ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਰੂਲ ਕਰੇ ਤਾਂ ਕਿ ਆਪਾਂ ਇੱਕ ਰੂਲ ਬਣਾ ਸਕਦੇ ਹਾਂ ਡਬਲਯੂਕੇਡੀਸੀ ਹੋਂਦ ਵਿੱਚ ਆਈ ਮੈਨੂੰ ਬੜੀ ਖੁਸ਼ੀ ਆ ਤੁਸੀਂ ਕੰਮ ਕਰ ਰਹੇ ਹੋ ਡਬਲਯੂਕੇਡੀਸੀ ਨਾਲ ਕਿਤੇ ਨਾ ਕਿਤੇ ਤੁਹਾਨੂੰ ਕੋਈ ਪ੍ਰੈਸ਼ਰ ਰਹਿੰਦਾ ਜਾਂ ਫਰੀ ਪ੍ਰੈਸ਼ਰ ਫਰੀ ਮਾਈਂਡ ਹੋ ਕੇ ਕੰਮ ਕਰ ਰਹੇ ਹੋ ਨਹੀਂ ਮੈਨੂੰ ਕਿਸੇ ਚੀਜ਼ ਦਾ ਪ੍ਰੈਸ਼ਰ ਨਹੀਂ ਮੈਨੂੰ ਬਿਲੀਵ ਨਹੀਂ ਤੁਸੀਂ ਕਰੋਗੇ ਮੈਨੂੰ ਪ੍ਰਮੋਟਰ ਜਿਹੜੇ ਕਿ ਛੋਟੇ ਲੈਵਲ ਤੋਂ ਲੈ ਕੇ ਬਿਲੀਅਨੀਅਰ ਜਿਹੜੇ ਬੰਦੇ ਆ ਛੱਬੇ ਥਿਆੜੇ ਵਰਗੇ ਅਤੇ ਆਪਣੇ ਕੈਨੇਡਾ ਦੇ ਵਿੱਚੋਂ ਜਿਹੜੇ 30-30, 40-40 ਸਾਲ ਦੇ ਪੁਰਾਣੇ ਪ੍ਰਮੋਟਰ ਨੇ ਇੰਨਾ ਤੱਕ ਕਿ ਇੱਥੇ ਦੇ ਲੋਕਲ ਪੋਲੀਟੀਸ਼ੀਅਨ ਈਵਨ ਤੱਕ ਕਿ ਗੈਂਗਸਟਰ ਸਾਰਿਆਂ ਨੇ ਮਤਲਬ ਜਿਹੜੇ ਹੁਣ ਆਪਾਂ ਨੂੰ ਪਤਾ ਹੀ ਆ ਕਿੱਦਾਂ ਇਨਵੋਲਵਮੈਂਟ ਹੈਗੀ ਆ ਉਹਨਾਂ ਨੇ ਵੀ ਸਾਨੂੰ ਇਸ ਚੀਜ਼ ਲਈ ਕੰਪਲੀਮੈਂਟ ਕੀਤਾ ਵੀ ਇਹ ਕੰਮ ਜਿਹੜਾ ਆ ਤੁਸੀਂ ਬਹੁਤ ਵਧੀਆ ਕੀਤਾ ਇਹ ਇੱਕ ਬਹੁਤ ਬਲੈਕ ਐਂਡ ਵਾਈਟ ਕੰਮ ਹੈ ਜਿਹਦੇ ਵਿੱਚ ਟ੍ਰਾਂਸਪੇਰੈਂਸੀ ਆ ਮੇਰੇ ਕੋਈ ਕਿਸੇ ਦੇ ਮਾਸੀ ਦਾ ਪੁੱਤ ਜਾਂ ਆਪਣੇ ਮੈਨੂੰ SSP ਦਾ ਮੁੰਡਾ ਜਾਂ ਮਿਨਿਸਟਰ ਦਾ ਮੁੰਡਾ ਉਹ ਜਿਹੜੇ ਆਪਣੇ ਜਿਹੜੇ ਗ੍ਰੇ ਏਰੀਏ ਸੀ ਨਾ ਉਹ ਪੂਰੇ ਹੋ ਗਏ ਉਹ ਸਾਰੇ ਟੋਏ ਭਰ ਹੋ ਗਏ ਜਿਵੇਂ ਇੱਕ ਤਰੀਕੇ ਦੇ ਨਾਲ ਲੈਬ ਜਿਹੜੀ ਕੁਐਸਟ ਆ ਉਹ 8.5 ਹਜ਼ਾਰ ਕਰੋੜ ਦੀ ਲੈਬ ਆ ਵਰਲਡ ਵਾਈਡ ਅਤੇ ਉਹ ਜਾਣੀ ਉਹ NFL USA ਦੇ ਵਿੱਚ NBA ਉਹਨਾਂ ਸਾਰਿਆਂ ਦੇ ਟੈਸਟ ਕਰਦੇ ਆ ਅਤੇ ਜਿਹੜੀ ਆਪਣੀ ਕਬੱਡੀ ਹੈ ਸਾਡਾ ਮੇਨ ਗੋਲ ਹੈ WKDC ਮੈਂਬਰ ਜਾਂ ਸਾਰੀਆਂ ਫੈਡਰੇਸ਼ਨਾਂ ਦਾ ਰਲ ਕੇ ਬਈ ਇਹਨੂੰ ਪ੍ਰੋ ਬਣਾਈਏ ਪ੍ਰੋ ਪ੍ਰੋਫੈਸ਼ਨਲ ਸਪੋਰਟ ਬਣਾਉਣ ਵਾਸਤੇ ਤੁਹਾਨੂੰ ਆਹ ਸਾਰੇ ਇੱਕ ਰਿਜ਼ਲਟ ਤੁਹਾਨੂੰ 3 ਸਾਲ ਦਾ ਸਾਰਾ ਇਹ ਡਾਟਾ ਚਾਹੀਦਾ ਤਾਂ ਤੁਹਾਨੂੰ ਉਹ ਐਕਸੈਪਟ ਕਰਦੇ ਨੇ ਓਲੰਪਿਕ ਦੇ ਵਿੱਚ ਜਾਂ ਕਾਮਨਵੈਲਥ ਗੇਮ ਦੇ ਵਿੱਚ ਕਿਉਂਕਿ ਸਾਰਾ ਤੁਹਾਡਾ ਬੈਕ ਦੇਖਦੇ ਆ ਤੁਸੀਂ ਕਿੱਦਾਂ ਕੀਤਾ ਇਹ ਸ਼ੁਰੂਆਤ ਆ ਅਗਲੇ 3 ਸਾਲ ਦੇ ਵਿੱਚ ਸਾਨੂੰ ਪੂਰਾ ਯਕੀਨ ਹੈਗਾ ਕਿ ਇਹ ਡਾਟੇ ਦੇ ਨਾਲ ਸਾਨੂੰ ਇਹ ਸਪੋਰਟ ਨੂੰ ਅਸੀਂ ਪ੍ਰੋ ਬਣਾਵਾਂਗੇ ਬਿਲਕੁਲ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਵਰਗੇ ਕਿਸੇ ਨੁਮਾਇੰਦੇ ਨਾਲ ਮੈਂ ਗੱਲ ਕਰਦਾ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਲੋੜ ਸੀ ਤੁਹਾਡੇ ਵਰਗੇ ਭਰਾਵਾਂ ਦੀ ਜਿਨ੍ਹਾਂ ਨੂੰ ਫੁੱਲ ਨੌਲੇਜ ਹੋਵੇ ਪੇਪਰ ਵਰਕ ਕਿਵੇਂ ਕਰਨਾ ਕਿਵੇਂ ਓਲੰਪਿਕ ਤੱਕ ਇਸ ਗੇਮ ਨੂੰ ਪਹੁੰਚਾਇਆ ਜਾ ਸਕਦਾ ਅੱਛਾ ਪੰਨੂ ਸਾਹਿਬ ਜਿਹੜੀ WKDC ਦੇ ਟੈਸਟ ਹੋ ਰਹੇ ਨੇ ਇੱਕ ਪਲੇਅਰਾਂ ਨੂੰ ਅਤੇ ਦਰਸ਼ਕਾਂ ਦੇ ਵਿੱਚ ਇੱਕ ਮਨ ਦੇ ਵਿੱਚ ਦੋ ਚਿੱਤਾਂ ਬਣੀਆਂ ਹੋਈਆਂ ਇੱਕ ਟੈਸਟ ਹੋਏ ਆ ਜੀ ਪਹਿਲਾਂ ਆਪਣੇ ਅੰਟਾਰੀਓ ਫੈਡਰੇਸ਼ਨ ਨੇ ਵੀ ਕਰਵਾਏ ਨੇ ਉਹਦੇ 'ਚ ਤੁਹਾਡੇ ਟੈਸਟ 'ਚ ਕੀ ਫਰਕ ਆ ਕਿ WKDC ਦੇ ਪਲੇਅਰ ਸਾਰੀ ਦੁਨੀਆ 'ਚ ਖੇਡਣਗੇ ਜਾਂ ਉਹਨਾਂ ਦੇ ਵੀ ਸਾਰੇ ਪਲੇਅਰ ਖੇਡਣਗੇ ਜਾਂ ਉਹ ਇਕੱਲੇ ਅੰਟਾਰੀਓ ਲਈ ਟੈਸਟ ਨੇ ਕੁਛ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਦੇਖੋ ਉਹਨਾਂ ਦੀ ਤਾਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆ ਅਸੀਂ ਮੰਗੇ ਸੀ ਟੈਸਟ ਦੀ ਕਾਪੀ ਅਸੀਂ ਆਪਣੇ ਟੈਸਟਾਂ ਦੀ ਕਾਪੀ ਉਹਨਾਂ ਨੂੰ ਦਿੱਤੀ ਸਾਨੂੰ ਜਵਾਬ ਇਹੀ ਮਿਲਿਆ ਗਿਆ ਸੀ ਵੀ ਸਿਮਿਲਰ ਨੇ ਜਾਣੀ ਇੱਕ ਜਣਾ ਟਰਕਾਤਾ ਸੀ ਸਾਨੂੰ ਨਾ ਅਤੇ ਉਹ ਟਰਕਾਇਆ ਹੀ ਚੱਲਦਾ ਸੀਗਾ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ WKDC ਦੇ 2 ਮੈਂਬਰ ਸੁੱਖਾ ਮਾਨ ਅਤੇ ਕੁਲਵਿੰਦਰ ਪੱਤਰ ਦੀ ਫਿਰ ਫੋਟੋਆਂ ਲਾਤੀਆਂ 3 ਜਿਹੜੇ ਹੋਰ ਬੰਦਿਆਂ ਦੇ ਨਾਲ ਨਾ ਮੈਨੂੰ ਹੁਣ ਉਹਨਾਂ ਦੇ ਨਾਂ ਨਹੀਂ ਚੇਤੇ ਸੋ ਉਹਨਾਂ ਨੇ ਟੈਸਟ ਕਰਾਏ ਤੰਬੂਆਂ ਹੇਠ
ਅਸੀਂ ਟੈਸਟ ਕਰਾਏ ਨੇ ਪ੍ਰੋਪਰ ਲੈਬ ਦੇ ਵਿੱਚ ਅਤੇ ਡਬਲਯੂ ਕੇ ਡੀ ਸੀ ਦੇ ਜਿਹੜੇ ਆਪਣੀ 12 ਫੈਡਰੇਸ਼ਨਾਂ ਨੇ ਉਹਨਾਂ ਦਾ ਇਹੀ ਫੈਸਲਾ ਜਿਹੜੀ ਚੰਡੀਗੜ੍ਹ ਕੁਐਸਟ ਦੀ ਪ੍ਰੋਪਰ ਰਜਿਸਟਰਡ ਲੈਬ ਆ ਤੰਬੂਆਂ ਦੇ ਵਿੱਚ ਅਤੇ ਘਰ ਦੇ ਪਿੱਛੇ ਨਹੀਂ ਜਿਹੜੀ ਪ੍ਰੋਪਰ ਲੈਬ ਆ ਉੱਥੋਂ ਜਿਹੜਾ ਟੈਸਟ ਕਰਕੇ ਪਲੇਅਰ ਆਏਗਾ ਉਹੀ ਓਵਰਸੀਜ਼ ਜਾ ਕੇ ਖੇਡ ਸਕੇਗਾ ਜਿਹੜੇ ਇਹਨਾਂ ਨੇ ਟੈਸਟ ਕਰਾਏ ਨੇ ਹੁਣ ਮੈਨੂੰ ਉਹ ਨਹੀਂ ਪਤਾ ਕਿ ਬਈ ਇੱਕ ਜਿਹੜੀ ਨਵੀਂ ਫੈਡਰੇਸ਼ਨ ਆ ਮੇ ਬੀ ਉਹਨਾਂ ਨੂੰ ਖੁਸ਼ ਕਰਨ ਨੂੰ ਕੀਤੇ ਆ ਜਾਂ ਰਿਲੇਸ਼ਨਸ਼ਿਪ ਮੇਨਟੇਨ ਕਰਨ ਨੂੰ ਕੀਤੇ ਨੇ ਕਿਉਂਕਿ ਕਈ ਸਿਆਸਤੀ ਮੁੱਦੇ ਕਬੱਡੀ ਦੇ ਵਿੱਚ ਚੱਲਦੇ ਰਹਿੰਦੇ ਨੇ ਕਬੱਡੀ ਦੇ ਵਿੱਚ ਦੋ ਬਹੁਤ ਡਰੋਬੈਕਸ ਨੇ ਆਪਣੇ ਜਿਹਨਾਂ ਕਬੱਡੀ ਨੂੰ ਪਿੱਛੇ ਖਿੱਚਦੇ ਨੇ ਇੱਕ ਹੈਗੀ ਆ ਆਪਣੇ ਜ਼ਰੂਰਤ ਤੋਂ ਬਾਅਦ ਲੰਬੜਦਾਰ ਅਤੇ ਦੂਜੀ ਹੈਗੀ ਆ ਜਿਹੜੀ ਜ਼ਰੂਰਤ ਤੋਂ ਬਾਅਦ ਅਨਪੜ੍ਹਤਾ ਜਿਹੜੀ ਕਿ ਆਪਾਂ ਚੀਜ਼ ਸਮਝਦੇ ਨਹੀਂ ਵੀ ਆਪਾਂ ਚੀਜ਼ ਇਹ ਕਿਉਂ ਕਰ ਰਹੇ ਹਾਂ ਮੈਂ ਪ੍ਰੋਫੈਸ਼ਨਲ ਸਪੋਰਟਸ ਪਲੇਅਰ ਰਿਹਾ ਮੈਂ ਕਬੱਡੀ ਨਹੀਂ ਖੇਡੀ ਮੈਂ ਰਗਬੀ ਖੇਡੀ ਆ ਮੈਂ MMA ਵੀ ਕੀਤੀ ਆ ਅਤੇ ਮੈਂ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚੋਂ ਨਿਕਲਿਆ ਅਤੇ ਇਹ ਸਾਰੀ ਚੀਜ਼ ਦੀ ਸਾਨੂੰ ਸਮਝ ਆ ਡਾਕਟਰ ਦੇ ਨਾਲ ਅਸੀਂ ਬਹਿ ਕੇ ਜਾਣੀ ਪੂਰੀ ਡਿਸਕਸ ਕੀਤਾ ਸਾਡੇ ਜਿਹੜਾ 40 ਸਾਲਟ ਵਾਲਾ ਟੈਸਟ ਆ ਉਹ ਆਪਣੇ NBA NFL ਇੱਥੇ ਕ੍ਰਿਕਟ ਦੀ IPL ਲੀਗ ਓਲੰਪਿਕ ਦੇ ਵਿੱਚ ਉਹ ਸਾਰਾ ਸੇਮ ਐਗਜੈਕਟ ਟੈਸਟ ਚੱਲਦਾ ਯੂਰਿਨ ਟੈਸਟ ਜਾਂ ਬਲੱਡ ਟੈਸਟ ਤੁਸੀਂ ਕਰਾ ਲਓ ਉੱਪਰ ਸਾਲਟ ਵਗੈਰਾ ਸਾਰੇ ਸੇਮ ਆ ਅਸੀਂ ਤਾਂ ਆਪਣਾ ਚਿੱਠਾ ਬਲੈਕ ਐਂਡ ਵਾਈਟ ਸਾਰੀ ਵਰਲਡ ਨੂੰ ਕੱਢ ਕੇ ਦੇ ਦਿੱਤਾ ਵੀ ਅਸੀਂ ਇੱਦਾਂ ਕਰਦੇ ਹਾਂ ਰਾਈਟ ਓਨਟੇਰੀਓ ਫੈਡਰੇਸ਼ਨ ਇੱਕ 30 ਸਾਲ ਪੁਰਾਣੀ ਫੈਡਰੇਸ਼ਨ ਆ ਅਤੇ ਉਹਨਾਂ ਦੇ ਮੈਂ ਕਹਿੰਦਾ 70-80% ਮੈਂਬਰ ਸਾਡੇ ਨਾਲ ਸਹਿਮਤ ਨੇ ਅਤੇ ਆਈ ਥਿੰਕ 20-30% ਮੈਂਬਰ ਹੈਗੇ ਜਿਹੜੇ ਕਿ ਤੰਬੂ ਕਰਾ ਕੇ ਖੁਸ਼ ਤੰਬੂ ਦੇ ਥੱਲੇ ਟੈਸਟ ਕਰਾ ਕੇ ਖੁਸ਼ ਨੇ ਉਹ ਕੋਈ ਆਪਣੀ ਉਹਨਾਂ ਦੀ ਸੋਚ ਹੋਣੀ ਆ ਪਤਾ ਨਹੀਂ ਕੀ ਹੈ ਹੋ ਸਕਦਾ ਇੱਕ ਦਿਨ ਉਹ ਬਦਲਣ ਪਰ ਹਜੇ ਤੱਕ ਉਹਨਾਂ ਦੇ ਉਹ ਤੰਬੂ ਨਾਲ ਸੈਟਿਸਫਾਈਡ ਨੇ ਸੋ ਮੇਰਾ ਇਹ ਕਹਿਣਾ ਆ ਕਿ ਬਈ ਆਪਾਂ ਧੜੇਦਾਰੀਆਂ ਜਾਂ ਕੁਛ ਲੰਬੜਦਾਰੀਆਂ ਤੋਂ ਦੂਰ ਜਾਈਏ ਕਿਉਂਕਿ ਅਸੀਂ WKDC ਦੇ ਸਾਰੇ ਮੈਂਬਰ ਹੀ ਹਾਂ ਅਸੀਂ ਸਾਡੇ 'ਚ ਕੋਈ ਨਹੀਂ ਆ ਮੈਂ ਕੁਛ ਨਹੀਂ ਆ ਕੋਈ ਹੋਰ ਕੁਛ ਨਹੀਂ ਹੈ ਨੋ ਵੀ ਆਰ ਆਲ ਮੈਂਬਰਸ ਮੈਂਬਰਸ ਹਾਂ ਮੈਂਬਰਸ ਦੀ ਤਰ੍ਹਾਂ ਤੁਸੀਂ ਬਿਹੇਵ ਕਰੋ ਲੰਬੜਦਾਰੀਆਂ ਰੱਖੋ ਸਾਈਡ 'ਤੇ ਕੰਮ ਕਰੋ ਅਤੇ ਆਨਸਰੇਬਲ ਬਣੋ ਮੈਂ ਅੱਜ ਦੀ ਡੇਟ ਦੇ ਵਿੱਚ ਹੁਣ ਤੁਸੀਂ ਮੈਨੂੰ ਪੁੱਛਿਆ ਜਾਂ ਅੱਜ ਪ੍ਰੈਸ ਕਾਨਫਰੰਸ 'ਤੇ ਤੁਸੀਂ ਵੀ ਉੱਥੇ ਸੀਗੇ ਹੋਰ ਮੀਡੀਆ ਵੀ ਸੀਗਾ ਅਬਾਊਟ ਕਿੰਨੇ 37 ਚੈਨਲ ਅਤੇ ਆਪਣੇ ਜੀਓ ਵਾਲੇ ਜੀ ਵਾਲੇ ਸਾਰੇ ਸੀਗੇ ਸਟਾਰ ਪਲੱਸ ਵਾਲੇ ਉਹਨਾਂ ਨੇ ਮੈਨੂੰ ਹੁਣ ਬਲੈਕ ਐਂਡ ਵਾਈਟ ਕੁਐਸਚਨ ਪੁੱਛੇ ਅਤੇ ਮੈਂ ਆਨਸਰ ਦੇਣ ਜੋਗਾ ਸੀ ਕੋਈ ਵੀ ਟੈਸਟ ਕਰਾਉਂਦਾ ਕੋਈ ਵੀ ਕੁਛ ਵੀ ਕਰਾਉਣਾ ਮੰਗਦਾ ਉਹਨੂੰ ਆਪਣੇ ਆਨਸਰੇਬਲ ਹੋਣਾ ਚਾਹੀਦਾ ਇੱਕ ਮੇਰਾ ਮੈਸੇਜ ਆ ਓਨਟੇਰੀਓ ਫੈਡਰੇਸ਼ਨ ਨੂੰ ਇਹ ਸਪਨਾ ਜਿਹੜਾ WKDC ਦਾ ਜਾਂ ਅਸੀਂ ਡਰੱਗ ਦਾ ਪ੍ਰੋਗਰਾਮ ਜਿਹੜਾ ਅਸੀਂ ਵੀ ਕਰ ਰਹੇ ਹਾਂ ਇਹ ਇੱਕ ਉਹਨਾਂ ਦਾ ਸਪਨਾ ਸੀ 2008 ਦਾ ਜਿਹੜਾ ਹੁਣ ਤੱਕ ਸਕਸੈਸਫੁਲ ਉਹਨਾਂ ਤੋਂ ਨਹੀਂ ਹੋਇਆ ਇਹ ਤੰਬੂਆਂ ਕਰਕੇ ਸੋ ਮੇਰੀ ਤਾਂ ਸਿਰਫ ਇਹੀ ਰਿਕੁਐਸਟ ਆ ਕਿ ਵੀ ਆਪਾਂ ਉਸ ਚੀਜ਼ ਤੋਂ ਵੀ ਮੇਰੇ ਤੋਂ ਵੱਡੇ ਵੀ ਨੇ ਉਸ ਚੀਜ਼ ਤੋਂ ਆਪਾਂ ਹਟੀਏ ਪ੍ਰੋਪਰ ਲੈਬ ਹੈਗੀ ਆ ਆਪਾਂ ਉੱਥੋਂ ਆਪਣਾ ਕਾਰੋਬਾਰ ਕੰਮ ਛੱਡ ਕੇ ਇੱਥੇ ਆ ਕੇ ਬਾਥਰੂਮਾਂ ਦੇ ਬਾਹਰ ਨਹੀਂ ਖੜ ਸਕਦੇ ਇਹ ਨਾਲੇ ਇਹ ਕੋਈ ਪ੍ਰੋਪਰ ਕੰਮ ਨਹੀਂ ਹੈ ਇਹ ਟੈਂਪਰੇਰੀ ਕੰਮ ਹੈ ਬਾਥਰੂਮਾਂ ਦੇ ਬਾਹਰ ਤੰਬੂਆਂ ਥੱਲੇ ਖੜ੍ਹਨਾ ਤੁਸੀਂ ਲੈਬ ਦੇ ਵਿੱਚ ਕਰਾਉਂਦੇ ਹੋ ਟੈਸਟ ਉੱਥੇ ਪ੍ਰੋਪਰ ਟੈਕਨੀਸ਼ੀਅਨ ਨੇ ਉਹ ਪੈਕ ਕਰਕੇ ਪ੍ਰੋਪਰ ਭੇਜਦੇ ਆ ਉਹਨਾਂ ਕੋਲ ਟੈਗ ਨੇ ਉਹ ਆਨਸਰੇਬਲ ਨੇ ਉਹ ਆਪਣੇ ਹਰ ਚੀਜ਼ ਦੀ ਡਿਟੇਲ ਤੁਹਾਨੂੰ ਰਿਪੋਰਟ ਦੇਣ ਵਾਲੇ ਆ ਨਾਲੇ ਇਹ ਜਿਹੜੀ ਰਿਪੋਰਟ ਸਾਰੇ ਪਲੇਅਰਾਂ ਦੀ ਹੈ ਅਸੀਂ ਸਾਰਿਆਂ ਨਾਲ ਸਾਂਝੀ ਕਰਾਂਗੇ ਇਹ ਐ ਨਹੀਂ ਕਿ ਮੈਂ ਰੱਖ ਲਈ ਆ ਦੋ ਤਿੰਨ ਹੋਰ ਬੰਦਿਆਂ ਨੂੰ ਰੱਖ ਲਈ ਕਾਲੇ ਨੂੰ ਦੇਤੀ ਆ ਸੁਰਜਣ ਸਿੰਘ ਚੱਠੇ ਨੂੰ ਦੇਤੀ ਨੋ ਇਹ ਸਾਰਿਆਂ ਨਾਲ ਅਸੀਂ ਸ਼ੇਅਰ ਕਰਾਂਗੇ ਅਤੇ ਉਹਦੇ ਨਾਲ ਉੱਥੋਂ ਹੀ ਪਤਾ ਲੱਗੇਗਾ ਬਈ ਆਪਣੇ ਕਿਹੜਾ ਪਲੇਅਰ ਬਾਹਰ ਜਾਊਗਾ ਕਿ ਕਿਹੜਾ ਪਲੇਅਰ ਇੱਥੇ ਰਹੂਗਾ ਇੱਕ ਸਾਲ ਵਾਸਤੇ ਉੱਥੋਂ ਨਾਲ ਚੱਲਾਂਗੇ ਜੀ ਬਿਲਕੁਲ ਪੱਖਪਾਤ ਨਹੀਂ ਹੋਣਾ ਚਾਹੀਦਾ ਸੋ ਸਾਡੀ ਵੀ ਇਹੀ ਆਸ ਆ ਤੁਹਾਡੇ ਤੋਂ ਕਿ ਸਹੀ ਕੰਮ ਹੋਣਾ ਚਾਹੀਦਾ ਅੱਛਾ ਹੁਣ ਤੱਕ ਜਿੰਨੇ ਕੁ ਵੀ ਟੈਸਟ ਹੋ ਗਏ ਨੇ ਕਿੰਨੇ ਟੈਸਟ ਹੋ ਗਏ ਨੇ ਔਰ ਕਿੰਨੇ ਕੁ ਪਰਸੈਂਟ ਉਹਦੇ ਵਿੱਚ ਜਿਹੜੇ ਪੋਜ਼ਿਟਿਵ ਪਾਏ ਗਏ ਨੇ ਹੁਣ ਤੱਕ ਜਿਹੜੀ ਰਿਪੋਰਟ ਆ 412 ਟੋਟਲ ਟੈਸਟ ਹੋਇਆ ਲੱਕੀ ਜੀ ਅਤੇ 40% ਪੋਜ਼ਿਟਿਵ ਨੇ ਅਤੇ ਅਸੀਂ ਉਹਨਾਂ ਦੀ ਹੁਣ ਡਿਟੇਲ ਰਿਪੋਰਟ ਕੱਢ ਰਹੇ ਹਾਂ ਕਿਉਂਕਿ ਇਹ ਜਿਹੜਾ ਸਟੈਰੋਇਡ ਹੈ ਇਹ ਓਵਰਨਾਈਟ ਆਪਣੇ ਕਈ ਲੋਕ ਮੈਂ ਹੋਰ ਵੀ ਪ੍ਰਮੋਟਰ ਸੁਣੇ ਜਿਹੜੇ ਕਹਿੰਦੇ ਜੀ ਅਸੀਂ ਤਾਂ ਜ਼ੀਰੋ ਲੈ ਕੇ ਜਾਣਾ ਇਹ ਜ਼ੀਰੋ ਨਹੀਂ ਹੋ ਸਕਦਾ ਰਾਈਟ ਅਵੇ ਓਨਟੇਰੀਓ ਕਬੱਡੀ ਫੈਡਰੇਸ਼ਨ ਦੇ ਸੁੱਖਾ ਮਾਨ ਜੀ ਕੁਲਵਿੰਦਰ ਪੱਤਰ ਅਤੇ ਆਪਣੇ ਪਿੰਕੀ ਢਿੱਲੋਂ ਅਤੇ ਉਹਨਾਂ ਦੇ ਜਨਰਲ ਸੈਕਟਰੀ ਆਪਣੇ ਸੱਤਾ ਚਾਲ ਉਹਨਾਂ ਨੇ ਵੀਡੀਓ ਪਾ ਕੇ ਵੀ ਕਿਹਾ ਉਹ ਪ੍ਰੋਗਰਾਮ ਨੂੰ ਸਮਝਦੇ ਨੇ ਲੋਕ ਉਹਨਾਂ ਨੇ ਰੀਸਰਚ ਕੀਤੀ ਆ ਰੀਸਰਚ ਕਰਨ ਤੋਂ ਬਾਅਦ ਮੀਡੀਆ 'ਤੇ ਆ ਕੇ ਬੋਲਦੇ ਨੇ ਇਹਨੂੰ 2 ਸਾਲ ਲੱਗਣੇ ਕਲੀਨ ਹੋਣ ਨੂੰ ਅਤੇ 2 ਸਾਲਾਂ ਦੀ ਜਿਹੜੀ ਕਲੀਨ ਕਰਨ ਵਾਸਤੇ ਤੁਹਾਨੂੰ ਪ੍ਰਸੈਂਟੇਜ ਜਿਹੜੀ ਆ ਪਲੇਅਰ ਦੀ ਮੋਨੀਟਰ ਕਰਨੀ ਪੈਣੀ ਆ ਉਹਦੀ ਇਗਜ਼ਾਮਪਲ ਇਹ ਆ ਜੇ ਅੱਜ ਦੀ ਡੇਟ ਦੇ ਵਿੱਚ ਮੈਂ ਸੈਮ ਜੇ ਪੋਜ਼ਿਟਿਵ ਆਇਆ ਅਤੇ ਮੈਂ 80% ਹਾਂ ਤਾਂ ਮੈਂ 6 ਮਹੀਨਿਆਂ ਬਾਅਦ 40-25% 'ਤੇ ਆਉਣਾ ਚਾਹੀਦਾ ਜੇ ਮੈਂ 80-80 ਦੇ ਹੀ ਹਾਂ ਤਾਂ ਮੈਨੂੰ ਤੁਹਾਨੂੰ ਬੈਨ ਕਰਨਾ ਚਾਹੀਦਾ ਉਹ ਅਸੀਂ ਏਜੰਡਾ ਲੈ ਕੇ ਚੱਲਣਾ
ਤੇ ਅਸੀਂ ਇੱਕ ਪਲੇਅਰ ਦਾ ਫਿਊਚਰ ਡਿਵੈਲਪਮੈਂਟ ਪ੍ਰੋਗਰਾਮ ਵੀ ਅਸੀਂ ਬਣਾ ਰਹੇ ਹਾਂ ਜਿਹੜਾ ਕਿ ਇੱਕ ਲੀਗ ਸਿਸਟਮ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਪਲੇਅਰ ਨੂੰ ਅਸਲੀ ਮੁੱਲ ਮਿਲੂਗਾ। ਇਹ ਨਹੀਂ ਕਿ ਇੱਕ ਜਿਹੜਾ ਸਟਾਰ ਪਲੇਅਰ ਆ ਉਹ ਸਾਰੇ ਹਰੇਕ ਟੂਰਨਾਮੈਂਟ ਤੇ ਸਾਰੇ ਮੋਟਰਸਾਈਕਲ ਉਹੀ ਜਿੱਤ ਰਿਹਾ ਤੇ ਬਾਕੀਆਂ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਇਹ ਇੱਕ ਫੇਅਰ ਕਬੱਡੀ ਹੋਣੀ ਚਾਹੀਦੀ ਆ ਤੇ ਡਰੱਗ ਫ੍ਰੀ ਕਬੱਡੀ ਜਦ ਹੋਏਗੀ ਉਦੋਂ ਫੇਅਰ ਅਸਲੀ ਮੁਕਾਬਲਾ ਉਦੋਂ ਹੋਊਗਾ। ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣਾ ਅਸਲੀ ਟੈਸਟ ਪਲੇਅਰ ਦਾ ਉਦੋਂ ਹੁੰਦਾ ਜਦ ਕਬੱਡੀ ਦੇ ਗਰਾਊਂਡ ਦੇ ਤੁਸੀਂ ਅੰਦਰ ਵੜਦੇ ਹੋ ਸੱਚੇ ਮਨ ਨਾਲ। ਸੱਚਾ ਮਨ ਉਦੋਂ ਹੀ ਤੁਹਾਡਾ ਬਣਨਾ ਜਦ ਤੁਸੀਂ ਆਹ ਡਰੱਗ ਵਗੈਰਾ ਬਾਂਬ ਵਗੈਰਾ ਸਾਰੀ ਲਾਉਣੀ ਬੰਦ ਕਰੋਗੇ। ਸੈਮ ਸਾਹਿਬ ਸਾਨੂੰ ਇਹ ਜ਼ਰੂਰ ਦੱਸੋ ਪਰਸੈਂਟ ਕਿਵੇਂ ਦੇਖੀ ਜਾਏਗੀ, ਕੋਈ ਤਰੀਕਾ ਹੈ ਜਿਹੜਾ ਪਰਸੈਂਟ ਦੱਸਦਾ ਕਿ ਇੰਨੇ ਪਰਸੈਂਟ ਇਸ ਬੰਦੇ ਦੇ ਵਿੱਚ ਸਟੂਡੈਂਟ ਹੈਗੀ ਆ ਔਰ ਇਹ ਲੋਅ ਆ ਗਈ ਆ? ਇਹ ਵੀ ਬਹੁਤ ਦਰਸ਼ਕਾਂ ਦਾ ਪਲੇਅਰਾਂ ਦਾ ਕੁਐਸਚਨ ਹੈ, ਪ੍ਰੋਮੋਟਰਸ ਦਾ ਵੀ। ਉਹ ਕਹਿੰਦੇ ਜੀ ਪਰਸੈਂਟ ਤੁਸੀਂ ਕਿਵੇਂ ਦੱਸੋਗੇ? ਸੋ ਸਾਡਾ ਇਹ ਤਾਂ ਡਿਸਾਈਡ ਨਹੀਂ ਹੈਗਾ, ਮੈਂ ਨਹੀਂ ਦੱਸਣਾ ਕਿਹੜੀਆਂ ਪਰਸੈਂਟੇਜ ਹੈਗੀਆਂ। ਉਹ ਕੁਐਸਟ ਉਹਨੂੰ ਅਸੀਂ ਰਿਕੁਐਸਟ ਕੀਤੀ ਆ ਵੀ ਸਾਨੂੰ ਡੀਟੇਲ ਰਿਪੋਰਟ ਚਾਹੀਦੀ ਆ। ਡੀਟੇਲ ਰਿਪੋਰਟ ਉਹ ਜਦ ਕੱਢਦੇ ਨੇ 7-8 ਪੇਜਾਂ ਦੀ ਹੁੰਦੀ ਆ। ਜਿਹੜਾ ਵੀ ਉਹਦਾ ਸਾਲਟ ਪੋਜ਼ਿਟਿਵ ਹੋਏਗਾ ਅਸੀਂ ਉਹ ਦੇਖਣਾ ਵੀ ਕਿੰਨੇ ਪਰਸੈਂਟ ਇਹਦੇ ਬਲੱਡ ਰੇਸ਼ੋ ਦੇ ਨਾਲ ਕਿੰਨੇ ਪਰਸੈਂਟ ਆਉਂਦਾ ਹੈ। ਹੁਣ ਵੇਟ, ਹਾਈਟ ਸਾਰੀ ਚੀਜ਼ 'ਚ ਮਾਇਨੇ ਰੱਖਦੀ ਆ। 70 ਪਾਉਂਡ ਵਾਲੇ ਦਾ ਆਬਵੀਅਸਲੀ ਜੇ ਉਹਨੇ ਹੁਣ 3 ਮਹੀਨੇ ਪਹਿਲਾਂ ਲਾਇਆ ਤਾਂ ਉਹ ਹਾਈ ਆਏਗਾ, 180 ਪਾਉਂਡ ਵਾਲੇ ਦਾ ਵੱਖਰਾ ਆਏਗਾ। ਸੋ ਉਹਨਾਂ ਕੋਲ ਵੇਟ ਮੈਜ਼ਰ ਪੂਰਾ ਪ੍ਰੋਗਰਾਮ ਹੈਗਾ, ਉਹ ਸਾਰੀ ਸਾਨੂੰ ਡਿਟੇਲ ਰਿਪੋਰਟ ਦੇਣਗੇ। ਫਿਰ ਸਾਨੂੰ ਇੱਕ ਪੇਜ 'ਤੇ ਉਹ ਦੇਣਗੇ ਬਈ ਆਪਣੇ ਇੰਨੇ ਪਲੇਅਰ ਤੁਹਾਡੇ ਪੋਜ਼ਿਟਿਵ ਨੇ ਅਤੇ ਇੰਨੇ ਪਰਸੈਂਟ, ਜਿਵੇਂ ਡੈਕਾ ਇੰਨੇ ਪਰਸੈਂਟ ਇਸ ਬੰਦੇ ਦੇ ਵਿੱਚ ਹੈਗਾ, ਫਿਰ ਉਸ ਤੋਂ ਬਾਅਦ ਮਿਰਵਾਨਾ ਇੰਨੇ ਪਰਸੈਂਟ ਹੈਗਾ, ਭੰਗ ਆਪਣੇ ਫੀਮ ਇੰਨੇ ਆ, ਕੋਕੇਨ ਇੰਨੇ ਆ। ਉਹ ਫਿਰ ਅਸੀਂ ਉਹ ਪਲੇਅਰ ਦੇ ਨਾਲ ਗੱਲ ਕਰਾਂਗੇ ਬਈ ਦੇਖ ਬਈ ਤੇਰੇ ਆਹ ਬਿਹੇਵੀਅਰ ਨੇ, ਤੇਰਾ ਆਹ ਬਿਹੇਵੀਅਰ ਆ, ਤੂੰ ਇਹਨੂੰ ਕਿੱਦਾਂ ਚੇਂਜ ਕਰਨਾ ਚਾਹੁੰਦਾ। ਇੱਕਦਮ ਉਹਦਾ ਮੈਂ ਗੁੱਟ ਫੜ ਕੇ ਕਹਿੰਦਾ ਹੁਣ ਤੂੰ ਸਾਲ ਕਬੱਡੀ ਨਹੀਂ ਖੇਡ ਸਕਦਾ, ਉਹ ਪਲੇਅਰ ਨੂੰ ਮਾਰਨ ਵਾਲੀ ਗੱਲ ਆ। ਘਰ ਬੈਠ ਕੇ ਉਹ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਉਹ ਸੁਧਰੇਗਾ ਨਹੀਂ। ਉਹਨੂੰ ਕਬੱਡੀ ਖੇਡਣ ਦਾ ਤੁਸੀਂ ਮੌਕਾ ਦਿਓ, ਕ੍ਰਿਟੀਸਾਈਜ਼ ਨਾ ਕਰੋ। ਪ੍ਰਮੋਟਰ ਪਲੇਅਰ ਦੇ ਸਿਰ 'ਤੇ ਮੈਂ ਬਹੁਤ ਵਾਰ ਇਹ ਗੱਲ ਪਹਿਲੇ ਗਈ ਆ, ਪਲੇਅਰ ਜਿਹੜਾ ਆ ਉਹ ਖੇਡਦਾ, ਪ੍ਰਮੋਟਰ ਸਿਰਫ ਆਪਣਾ ਚਾਅ ਪੂਰਾ ਕਰਦਾ ਖੜਾ ਕੇ। ਸੋ ਪਲੇਅਰ ਨੂੰ ਅਸਲੀ ਮੌਕਾ ਦਿਓ, ਪਰਸੈਂਟੇਜ ਮੋਨੀਟਰ ਕਰੋ ਅਤੇ ਉੱਦਾਂ ਐਲੀਮੀਨੇਟ ਕਰੋ। ਪੰਨੂ ਸਾਹਿਬ ਜਿਹੜਾ ਪਰਸਨ ਦੀ ਵੀ ਗੱਲ ਹੋ ਗਈ ਪਰ ਜਿਹੜੀ ਕਬੱਡੀ ਹੁਣ ਹੋ ਰਹੀ ਨਹੀਂ ਆ ਇੰਨੇ ਸਾਲਾਂ ਤੋਂ ਇੱਕਦਮ ਬੰਦ ਕਰ ਦੇਣੀ, ਉਹ ਕੀ ਤੁਹਾਨੂੰ ਲੱਗਦਾ ਕਿ ਸਹੀ ਆ ਕਿ ਇੱਕਦਮ ਬੰਦ ਕਰ ਦੇਣੀ ਸਹੀ ਆ, ਜੋ ਪਿਛਲੇ ਸਾਲ ਵੀ ਨਹੀਂ ਹੋਈ ਜਿਵੇਂ ਤੁਸੀਂ ਹੁਣ ਐਕਸਪਲੇਨ ਕੀਤਾ ਆ, ਪਰ ਕਿਤੇ ਨਾ ਕਿਤੇ ਇਹ ਕੁਐਸਚਨ ਇੱਕ ਚਿੰਨ ਖੜਦਾ ਕਿ ਬੰਦ ਕਰ ਦੇਣੀ ਸਹੀ ਤਰੀਕਾ ਆ? ਮੈਂ ਇਹ ਨਹੀਂ ਮੰਨਦਾ ਕਿ ਬੰਦ ਕਰ ਦੇਣਾ ਸਹੀ ਤਰੀਕਾ, ਪਰ ਜਿਹੜਾ ਓਨਟੇਰੀਓ ਦੇ ਵਿੱਚ ਮੈਟਰੋ ਨੇ ਕੱਪ ਨਹੀਂ ਕਰਾਇਆ ਉਹ ਡਿਸੀਜਨ ਨਾਲ ਮੈਂ ਸਹਿਮਤ ਸੀਗਾ। ਉਹ ਮੈਂ ਸਹਿਮਤ ਕਿਉਂ ਸੀਗਾ ਕਿਉਂਕਿ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਕ੍ਰੀਏਟ ਹੋਈ ਹੋਈ ਸੀ ਅਰਾਊਂਡ ਦ ਵਰਲਡ। ਇੱਕ ਬੰਦਾ ਟੈਸਟ ਕਰਾਉਂਦਾ ਸੀਗਾ ਅਤੇ ਦੂਜਾ ਬੰਦਾ ਉਹ ਇੱਥੋਂ ਫੇਲ ਹੋ ਕੇ ਦੂਜੇ ਪਾਸੇ ਖੜਾ ਲੈਂਦਾ ਸੀ। ਸੋ ਮੈਟਰੋ ਨੇ ਆਪਣਾ ਇੱਕ ਧਰ ਲਿਆ, ਠੀਕ ਹੈ ਨਾ, ਅਸੀਂ ਰਿਸਪੈਕਟ ਕਰਦੇ ਹਾਂ, ਮੈਂ ਬਹੁਤ ਉਹਨਾਂ ਦਾ ਥੈਂਕਫੁੱਲ ਹਾਂ ਕਿ ਉਹਨਾਂ ਨੇ ਉਹ ਧਰ ਲਿਆ। ਕਬੱਡੀ ਨਹੀਂ ਬੰਦ ਕਰਨੀ ਚਾਹੀਦੀ ਪਰ ਉਹਨਾਂ ਨੇ ਇਸ ਇੱਕ ਪ੍ਰੂਵ ਕੀਤਾ ਪੁਆਇੰਟ 'ਤੇ, ਆਈ ਥਿੰਕ ਉਸ ਪੁਆਇੰਟ ਪ੍ਰੂਵ ਕਰਨ ਤੋਂ ਬਾਅਦ ਹੀ ਆਹ ਸਾਰੇ 12 ਦੀਆਂ 12 ਫੈਡਰੇਸ਼ਨ ਆ ਅਤੇ 6 ਕੰਟਰੀਆਂ ਦੇ ਵਿੱਚ ਇਕੱਠੀਆਂ ਹੋਈਆਂ, ਇਹ ਰਿਜ਼ਲਟ ਹੋਇਆ ਉਹਦਾ। ਸੋ ਰਿਜ਼ਲਟ ਹੋ ਗਿਆ ਪਰ ਮੈਂ ਇਸ ਪੱਖ ਦੇ ਵਿੱਚ ਨਹੀਂ ਕਿ ਸਾਨੂੰ ਫਿਊਚਰ ਦੇ ਵਿੱਚ ਕਬੱਡੀ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਉਹ ਪਲੇਅਰ ਘਰ ਬਹਿ ਕੇ ਸ਼ੈਤਾਨ ਦਾ ਘਰ ਆ, ਉਹਨੂੰ ਹੋਰ ਕੁਛ ਨਹੀਂ ਆਉਂਦਾ, ਹਜੇ ਉਹ ਯੰਗ ਆ, ਉਹ ਕੰਮ ਨਹੀਂ ਕਰਦਾ, ਬੇਰੋਜ਼ਗਾਰੀ ਹੈ ਅਤੇ ਕਬੱਡੀ ਤੋਂ ਕਮਾਈ ਕਰਕੇ ਲੋਕ ਆਪਣਾ ਘਰ ਵੀ ਪਾਲਦੇ ਆ ਅਤੇ ਆਪਾਂ, ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ ਚੁੱਲ੍ਹਾ ਬੰਦ ਹੋਵੇ, ਉਹ ਚੱਲਣਾ ਚਾਹੀਦਾ। ਸੈਮ ਸਾਹਿਬ ਟੀਮ ਪੰਜਾਬੀ ਨੇ ਸੈਮੀਨਾਰ ਕਰਾਇਆ ਸੀਗਾ ਲਾਸਟ ਈਅਰ, ਬੜਾ ਸਕਸੈਸਫੁੱਲ ਹੋਇਆ, ਅਮੈਰੀਕਾ ਤੋਂ ਡਾਕਟਰ ਸਾਹਿਬ ਨੂੰ ਇਨਵਾਈਟ ਕੀਤਾ, ਇੰਡੀਆ ਤੋਂ ਵੀ ਲੈ ਕੇ ਗਿਆ ਸੀ, ਕੈਨੇਡਾ ਤੋਂ ਵੀ ਅਸੀਂ ਅਰੇਂਜ ਕੀਤੇ ਸੀ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਲੋੜ ਆ ਸੈਮੀਨਾਰ ਦੀ, ਪਲੇਅਰਾਂ ਨੂੰ ਲੋੜ ਆ? ਆਈ ਥਿੰਕ ਲੱਕੀ ਜੀ ਮੀਡੀਆ ਦੇ ਵਿੱਚ ਇੱਕ ਤੁਸੀਂ ਕੁਆਲੀਫਾਈਡ ਮੀਡੀਆ ਹੋ ਜਿਨ੍ਹਾਂ ਕਿ ਡਰੱਗ ਦੀ ਜਿਨ੍ਹਾਂ ਨੂੰ ਡਿਟੇਲ ਪਤਾ ਆ ਕਿ ਬਈ ਕਿੱਦਾਂ ਲਾਇਆ ਜਾਂਦਾ ਅਤੇ ਕਿੱਦਾਂ, ਕਿਉਂਕਿ ਤੁਸੀਂ ਆਪ ਕਬੱਡੀ ਖੇਲੀ ਹੈ, ਤੁਸੀਂ ਅਬਜ਼ਰਵ ਕੀਤਾ ਸਾਰਾ। ਸੋ ਤੁਹਾਡਾ ਸੈਮੀਨਾਰ ਮੈਂ ਵੀ ਡਿਟੇਲ ਦੇ ਵਿੱਚ ਦੇਖਿਆ, ਮੈਂ ਉਹਦੇ ਨਾਲ ਬਹੁਤ ਸਹਿਮਤ ਸੀਗਾ। ਆਈ ਥਿੰਕ ਸੈਮੀਨਾਰ ਹਰ ਸਾਲ ਹੋਣਾ ਚਾਹੀਦਾ ਅਤੇ ਆਈ ਥਿੰਕ ਜਿਹੜਾ ਆਪਣੇ ਐਜੂਕੇਟਡ ਮੀਡੀਆ ਉਹਨੂੰ ਹੀ ਇਹ ਸੈਮੀਨਾਰ ਕਰਨੇ ਚਾਹੀਦੇ ਨੇ, ਨਾ ਕਿ ਕੋਈ ਵੀ ਖੜਾ ਹੋ ਕੇ ਕਰਨਾ ਸ਼ੁਰੂ ਕਰ ਦੇ। ਸਾਰੇ ਪ੍ਰਮੋਟਰਸ ਨੂੰ ਵੀ ਮੈਂ ਇਹੀ ਕਹੂੰਗਾ ਕਿ ਜਿਹੜਾ ਐਜੂਕੇਟਡ ਮੀਡੀਆ ਉਹਦਾ ਤੁਸੀਂ ਸਾਥ ਦਿਓ ਅਤੇ ਇੱਕ ਜਿਹੜਾ ਮੀਡੀਆ ਬਲੈਕ ਐਂਡ ਵਾਈਟ ਆ, ਤੁਹਾਡੇ ਸੈਮੀਨਾਰ ਦੇ ਵਿੱਚ ਤੁਸੀਂ ਕਿਸੇ ਦਾ ਪੱਖ ਨਹੀਂ ਲਿਆ, ਜਿਹੜੇ ਕੁਐਸਚਨ ਸੀਗੇ ਤੁਸੀਂ ਆਪਣੇ ਕੁਆਲੀਫਾਈਡ ਕੁਐਸਚਨ ਹਰ ਬੰਦੇ ਨੂੰ ਡਾਇਰੈਕਟਲੀ ਪੁੱਛੇ, ਅੱਜ ਵੀ ਤੁਸੀਂ ਮੈਨੂੰ ਪੁੱਛ ਰਹੇ ਹੋ। ਇਹ ਚੀਜ਼ ਦਾ ਅਸਲੀ ਜਿਹੜੇ ਸੱਚ ਜਵਾਬ ਮੂਹਰੇ ਆਉਂਦੇ ਆ ਫਿਰ ਇਹ ਕਬੱਡੀ ਕਲੀਨ ਹੋ ਕੇ ਨਾ ਪਰੋ ਜਾਏਗੀ। ਇਹ ਝੂਠੇ ਦਿਲਾਸੀਆਂ ਨਾ ਆਪਣੇ ਹਵਾ ਕਿਲੀਆਂ ਨਾ ਜਾਂ ਆਪਣੀ ਡ੍ਰੀਮ ਕਰੀ ਜਾਈਏ ਵੀ ਇੱਕ ਦਿਨ ਅਸੀਂ ਉੱਥੇ ਲੈ ਕੇ ਜਾਵਾਂਗੇ, ਉੱਦਾਂ ਨਹੀਂ ਜਾਣੀ, ਡ੍ਰੀਮ ਨੂੰ ਰਿਐਲਿਟੀ ਲੈ ਕੇ ਆਉਣਾ ਪੈਣਾ। ਥੈਂਕ ਯੂ ਸੋ ਮੱਚ ਪੰਨੂ ਸਾਹਿਬ। ਪਿੰਡ ਕਪੂਰਪੁਰ ਹੋ ਰਿਹਾ ਕਬੱਡੀ ਕੱਪ, ਉਹਦੇ ਬਾਰੇ ਜ਼ਰੂਰ ਮੈਸੇਜ ਦਿਓ ਸਾਰੇ ਦਰਸ਼ਕਾਂ ਨੂੰ।
ਸਾਰਿਆਂ ਨੂੰ ਜੀ ਬਹੁਤ ਬਹੁਤ ਸਾਡੀ ਹੱਥ ਵੇੜ ਕੇ ਬੇਨਤੀ ਆ ਜੀ ਸੱਦਾ ਹੈਗਾ ਪਿੰਡ ਕਬੂਲਪੁਰ 5 ਤਰੀਕ ਨੂੰ ਆਪਣੇ ਸ਼ੇਖੂ ਪਿੰਡ ਜਿਹੜਾ ਕਿ ਜਲੰਧਰ ਦੇ ਕੋਲ ਹੈਗਾ ਸ਼ੇਖੋਂ ਉਹਦੇ ਲਾਗੇ ਇੱਕ ਸਾਡਾ ਪਿੰਡ ਆ ਕਬੂਲਪੁਰ ਜਿੱਥੇ ਆਪਣੇ ਇਹ ਟੂਰਨਾਮੈਂਟ ਆਊਗਾ ਅਤੇ ਇਹ ਲਸ਼ਰਾਂ ਦਾ ਪਿੰਡ ਹੈਗਾ ਅਤੇ ਲਸ਼ਰ ਬ੍ਰਦਰ ਉੱਥੋਂ ਨੇ ਅਤੇ ਉਹ ਇੱਕ ਕਬੱਡੀ ਦੀ ਉਹਨਾਂ ਦੀ ਬਹੁਤ ਦੇਣ ਆ ਤਿੰਨੇ ਭਰਾਵਾਂ ਦੀ ਅਤੇ ਉਹ ਟੂਰਨਾਮੈਂਟ ਕਰਾਉਂਦੇ ਨੇ ਹਰ ਸਾਲ ਨਾਲ ਜੇ ਸਿੰਘ ਤਰਲੋਚਨ ਮੁੰਡੀ ਦੇਵ ਮੁੰਡੀ ਕੈਨੇਡਾ ਤੋਂ ਅਤੇ ਆਪਣੇ ਉਹਨਾਂ ਦੇ ਲਸ਼ਰ ਪਰਿਵਾਰ ਦੇ ਵਿੱਚੋਂ ਸਰਪੰਚ ਆਪਣੇ ਅਵਤਾਰ ਸਿੰਘ ਜੀ ਸਾਰੇ ਇਹ ਰਲ ਕੇ ਇਹ ਟੂਰਨਾਮੈਂਟ ਕਰਾਉਂਦੇ ਨੇ ਮੇਰੀ ਵੀ ਇਹ ਯੋਗਦਾਨ ਆ ਉਸ ਪਿੰਡ ਦੇ ਟੂਰਨਾਮੈਂਟ ਦੇ ਵਿੱਚ ਅਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਪਹਿਲਾਂ ਕਬੱਡੀ ਦਾ ਟੂਰਨਾਮੈਂਟ ਹੋਏਗਾ ਬਾਅਦ ਦੇ ਵਿੱਚੋਂ ਇੱਕ ਕਲਚਰਲ ਪ੍ਰੋਗਰਾਮ ਹੈ ਜਿਹਦੇ ਵਿੱਚ 14 ਸਿੰਗਰ ਆ ਰਹੇ ਨੇ ਅਤੇ ਹੱਥ ਜੋੜ ਕੇ ਬੇਨਤੀ ਆ ਸਾਰੇ ਉਹ 'ਚ ਹੁੰਮ ਆ ਕੇ ਪਹੁੰਚੋ। ਥੈਂਕ ਯੂ ਸੋ ਮੱਚ ਪੰਨੂ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਧੰਨਵਾਦ ਤੁਹਾਡਾ ਬਹੁਤ ਬਹੁਤ। ਥੈਂਕ ਯੂ, ਥੈਂਕ ਯੂ ਵੈਰੀ ਮੱਚ। ਆਓ ਜੁੜਦੇ ਹਾਂ ਗਰਾਊਂਡ ਨਾਲ, ਤਦ ਤੱਕ ਲਈ ਜੋ ਇਜਾਜ਼ਤ, ਰੱਬ ਰੱਖ।